ਆ ਵਿਚਾਰੇ ਕਿਸਾਨ ਨਾਲ ਤਾਂ ਬੇਹੱਦ ਮਾੜੀ ਗੱਲ ਹੋ ਗਈ ਹੈ। ਸੜ ਗਿਆ ਇਸਦਾ ਪੁੱਤਾਂ ਵਰਗਾ ਟਰੈਕਟਰ, ਅਚਾਨਕ ਟਰੈਕਟਰ ਨੂੰ ਅੱਗ ਪੈ ਗਈ ਜੋ ਕਿ ਨਾੜ ਦੇ ਵਿੱਚ ਲੱਗੀ ਹੋਈ ਸੀ। ਬੁਝਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਜਦ ਟਰੈਕਟਰ ਨੂੰ ਇੱਕ ਵਾਰ ਅੱਗ ਲੱਗੀ ਉਸ ਤੋਂ ਬਾਅਦ ਰਾਖ ਕਰਕੇ ਹੀ ਅੱਗ ਬੁਝੀ ਹੈ ਟਰੈਕਟਰ ਨੂੰ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬੇਹੱਦ ਭਾਵੁਕ ਕਰ ਦੇਣ ਵਾਲੀਆਂ, ਕਿਉਂਕਿ ਕਿਸਾਨ ਦੀਆਂ ਅੱਖਾਂ ਸਾਹਮਣੇ ਉਸਦਾ ਪੁੱਤਾਂ ਵਰਗਾ ਟਰੈਕਟਰ ਸੜ ਕੇ ਸਵਾਹ ਹੋ ਗਿਆ। ਉਸਨੇ ਲੱਖ ਕੋਸ਼ਿਸ਼ਾਂ ਕੀਤੀਆਂ ਕਿ ਅੱਗ ਬੁੱਝ ਜਾਵੇ ਪਰ ਬੁੱਝ ਨਹੀਂ ਸਕੀ। ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਭਰ ਦੇ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਜਿਹੜੀ ਨਾੜ ਬਚਦੀ ਹੈ ਉਸ ਨੂੰ ਅੱਗ ਲਾਈ ਜਾਂਦੀ ਹੈ। ਕਈ ਹਾਦਸੇ ਹੋ ਚੁੱਕੇ ਨੇ ਹੁਣ ਤੱਕ ਪਰ ਫਿਰ ਵੀ ਜਿਹੜੇ ਕਿਸਾਨ ਨੇ ਉਹ ਨਹੀਂ ਬਾਜ਼ ਆ ਰਹੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਕਿਸਾਨ ਵੀ ਆਪਣੇ ਟਰੈਕਟਰ ਨੂੰ ਰੁੱਖ ਦੀ ਛਾਵੇਂ ਖੜਾ ਕੇ ਗਿਆ ਸੀ। ਅਚਾਨਕ ਨਾਲ ਦੇ ਖੇਤਾਂ 'ਚ ਲੱਗੀ ਅੱਗ ਇਸਦੇ ਟਰੈਕਟਰ ਤੱਕ ਪਹੁੰਚ ਜਾਂਦੀ ਹੈ, ਜਿਸ ਕਰਕੇ ਇਹ ਟਰੈਕਟਰ ਨੂੰ ਅੱਗ ਲੱਗ ਜਾਂਦੀ ਹੈ। ਟਰੈਕਟਰ ਦੇ ਪਹਿਲਾਂ ਟਾਇਰ ਸੜਦੇ ਨਹੀਂ, ਜਿਸ ਤੋਂ ਬਾਅਦ ਹੌਲੀ ਹੌਲੀ ਪੂਰਾ ਟਰੈਕਟਰ ਸੜ ਕੇ ਸਵਾਹ ਹੋ ਜਾਂਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਿਰੋਜ਼ਪੁਰ ਦੇ ਪਿੰਡ ਝੋਕ ਹਰੀਹਰ ਦੀਆਂ, ਜਿੱਥੇ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ ਸੀ। ਛਾਵੇਂ ਖੜਿਆ ਟਰੈਕਟਰ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਿਆ। ਇਸ ਸੰਬੰਧੀ ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਉਹ ਆਪਣਾ ਟਰੈਕਟਰ ਰਾਹ ਦੇ ਵਿੱਚ ਛਾਂ ਹੇਠ ਖੜਾ ਕੇ ਗਿਆ ਸੀ। ਅਚਾਨਕ ਇੱਕ ਸਾਈਡ ਤੋਂ ਅੱਗ ਆਈ ਅਤੇ ਟਰੈਕਟਰ ਉਸ ਦੀ ਲਪੇਟ ਦੇ ਵਿੱਚ ਆ ਗਿਆ ਅਤੇ ਸੜ ਕੇ ਸਵਾਹ ਹੋ ਗਿਆ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਛੋਟਾ ਕਿਸਾਨ ਹੈ ਅਤੇ ਇਸਦਾ ਨੁਕਸਾਨ ਵੱਡਾ ਹੋ ਗਿਆ ਹੈ, ਇਸ ਲਈ ਉਸਦੀ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇ। ਹਾਲਾਂਕਿ ਗਲਤੀ ਕਹਿ ਲਓ ਤੁਸੀਂ ਅੱਗ ਲਾਉਣ ਵਾਲੇ ਦੀ ਆ ਜਾਂ ਫਿਰ ਇਸ ਕਿਸਾਨ ਦੀ ਆ, ਅੱਗ ਤੋਂ ਦੂਰ ਖੜਾਉਣਾ ਚਾਹੀਦਾ ਸੀ ਟਰੈਕਟਰ, ਪਰ ਫਿਰ ਵੀ ਕਿਸਾਨ ਜਿਹੜਾ ਹੈ ਉਹ ਸਰਕਾਰ ਤੋਂ ਮਦਦ ਦੀ ਆਸ ਲਗਾ ਰਿਹਾ ਹੈ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ, ਸਰਕਾਰਾਂ ਤੱਕ ਇਹ ਖਬਰ ਨੂੰ ਪਹੁੰਚਾਓ, ਇਹ ਵੀਡੀਓ ਪਹੁੰਚਾਓ, ਤਾਂ ਕਿ ਕੋਈ ਸਰਕਾਰ ਦਾ ਬੰਦਾ ਜਾਂ ਫਿਰ ਕੋਈ ਸਮਾਜ ਸੇਵੀ ਇਸ ਗਰੀਬ ਕਿਸਾਨ ਦੀ ਮਦਦ ਕਰ ਦੇਵੇ, ਕਿਉਂਕਿ ਪਾਈ ਪਾਈ ਜੋੜ ਕੇ, ਰੁਪਏ ਰੁਪਏ ਜੋੜ ਕੇ ਇਸ ਕਿਸਾਨ ਨੇ ਇਹ ਟਰੈਕਟਰ ਖਰੀਦਿਆ ਸੀ, ਕਿਸ਼ਤਾਂ 'ਤੇ ਲਿਆ ਸੀ, ਪਰ ਹੁਣ ਇਸਦਾ ਇਹ ਪੁੱਤਾਂ ਵਰਗਾ ਟਰੈਕਟਰ ਸੜ ਕੇ ਸਵਾਹ ਹੋ ਗਿਆ ਹੈ। ਇਸਦੇ ਕੋਲ ਇੱਕੋ ਟਰੈਕਟਰ ਸੀ ਖੇਤੀ ਕਰਨ ਦੇ ਲਈ, ਕੋਈ ਸੰਦ ਇਸਨੇ ਬਣਾਇਆ ਸੀ, ਜਿਸ ਕਰਕੇ ਇਸਦੇ ਘਰ ਦਾ ਗੁਜ਼ਾਰਾ ਚੱਲਦਾ ਸੀ, ਰੋਜ਼ੀ ਰੋਟੀ ਚੱਲਦੀ ਸੀ, ਪਰ ਹੁਣ ਉਹ ਵੀ ਨਹੀਂ ਰਹੀ। ਤਾਂ ਕਰਕੇ ਕਿਸਾਨ ਭਾਵੁਕ ਹੋ ਕੇ ਸਰਕਾਰ ਤੋਂ ਮੰਗ ਕਰ ਰਿਹਾ ਹੈ, ਸਮਾਜ ਸੇਵੀਆਂ ਤੋਂ ਮੰਗ ਕਰ ਰਿਹਾ ਹੈ ਕਿ ਉਸਦੀ ਮਦਦ ਕੀਤੀ ਜਾਵੇ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ। ਫਿਰੋਜ਼ਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਤੁਹਾਨੂੰ ਪਿੰਡ ਵੀ ਦੱਸ ਦਿੰਦੇ ਹਾਂ। ਫਿਰੋਜ਼ਪੁਰ ਦਾ ਪਿੰਡ ਝੋਕ ਹਰੀਹਰ, ਇੱਥੇ ਇਹ ਕਿਸਾਨ ਇੱਥੋਂ ਦਾ ਰਹਿਣ ਵਾਲਾ ਹੈ, ਖੇਤਾਂ 'ਚ ਆਇਆ ਸੀ ਆਪਣਾ ਟਰੈਕਟਰ ਲੈ ਕੇ, ਪਰ ਵਾਪਸ ਇਕੱਲੀ ਟਰੈਕਟਰ ਦੀ ਰਾਖੀ ਗਈ ਹੈ। ਇਹ ਘਟਨਾ ਸੀ, ਉਹ ਸਾਹਮਣੇ ਮੋਟਰ ਤੇ ਬੈਠੇ ਸੀਗੇ ਸਾਰੇ ਆਏ ਗਏ ਵੀ ਚਲੋ ਕੀ ਚੱਲਦੇ ਇਕੱਠੇ, ਤੇ ਜਦੋਂ ਅਸੀਂ ਇੱਕੋ ਦਮ ਵੇਖਿਆ ਇਧਰੋਂ ਅੱਗ ਆਉਂਦੀ ਪਈ ਟਰੈਕਟਰ, ਇੱਕੋ ਦਮ ਅੱਗ ਦੀ ਲਪੇਟ 'ਚ ਆ ਗਿਆ, ਵੇਹਦੇ ਸਾਰਾ ਟਰੈਕਟਰ ਹੀ ਸੜ ਗਿਆ। ਟਰੈਕਟਰ ਰਾਹ ਤੇ ਠੱਲਿਆ ਸੀਗਾ? ਹਾਂਜੀ ਹਾਂਜੀ, ਰਾਹ ਦੇ ਉੱਤੇ ਛਾਵਾਂ ਸਾਰੇ ਖੜਾ ਹੀ ਗਿਆ, ਸਾਰੇ ਆਸੇ ਪਾਸੇ ਸਾਰਾ ਕੁਝ ਵੀਰਾਂ ਲੱਗਿਆ ਹੋਇਆ, ਪਤਾ ਨੀ ਲੱਗਿਆ ਅੱਗ ਆਈ ਤੇ ਕਿਵੇਂ, ਇੱਕੋ ਦਮ ਹੀ ਲੱਗ ਗਈ। ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਸਾਰੇ ਪਿੰਡ ਕੋਸ਼ਿਸ਼ ਕਰਦੇ ਰਹੇ ਆ, ਕੱਲਾ ਵਿੱਚ ਮੱਛੀ ਨਹੀਂ ਗਿਆ ਜੀ, ਬਸ ਬਾਕੀ ਸਾਰਾ ਕੁਛ ਕੀਤਾ ਜੀ ਇੱਥੇ।